ਤਾਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਦੁਆਰਾ ਸਾਡੇ ਨਾਲ ਜੁੜੇ ਨੇ, ਆਓ ਸੁਣਦੇ ਹਾਂ ਕੀ ਕਹਿੰਦੇ ਨੇ ਸ਼ਿਵ ਗੋਸਵਾਮੀ। ਮੇਰੇ ਵੱਲੋਂ ਸਾਹਿਤ ਧਾਰਾ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ। ਅੱਜ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਦੀ ਇੱਕ ਸਾਖੀ ਨੂੰ ਕਵਿਤਾ ਵਿੱਚ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਾਹ ਵਾਹ ਜੀ ਆਇਆਂ ਨੂੰ। ਇੱਕ ਦਿਨ ਮਰਦਾਨਾ ਜੀ ਘਰ ਆਪਣੇ ਆਇਆ ਏ, ਆਉਂਦਿਆਂ ਹੀ ਪਤਨੀ ਨੇ ਕੋਲ ਬੁਲਾਇਆ ਏ। ਮੇਰੀਆਂ ਗੁਆਂਢਣਾਂ ਮੈਨੂੰ ਤਾਨੇ ਪਈਆਂ ਦੇਂਦੀਆਂ, ਹਰ ਵੇਲੇ ਮੈਨੂੰ ਬਸ ਇੱਕੋ ਗੱਲ ਕਹਿੰਦੀਆਂ ਜੀ, ਤੇਰਾ ਪਤੀ ਨਾਨਕ ਨਾਲ ਗਿਆ ਏ ਪ੍ਰਭਾਤ ਦਾ, ਉਹਦਾ ਤੇ ਸਾਡਾ ਦਸ ਮੇਲ ਕੀ ਏ ਜਾਤ ਦਾ। ਉਹ ਪੁੱਤ ਪਟਵਾਰੀ ਦਾ ਤੇ ਉੱਚੀ ਉਹਦੀ ਜਾਤ ਏ, ਉਹਦੇ ਅੱਗੇ ਸਾਡੀ ਦੱਸ ਕੀ ਔਕਾਤ ਏ। ਸਾਰਾ ਦਿਨ ਉਹਦੇ ਨਾਲ ਘੁੰਮਦਾ ਤੂੰ ਰਹਿੰਦਾ ਏ, ਆਪਣਿਆਂ ਵਿੱਚ ਤੂੰ ਤਾਂ ਪਲ ਵੀ ਨਾ ਬਹਿੰਦਾ ਏ। ਗੱਲ ਸੁਣ ਅੱਗੋਂ ਮਰਦਾਨਾ ਪਿਆ ਬੋਲਦਾ, ਉਹ ਤਾਂ ਸਾਰੀ ਦੁਨੀਆਂ ਨੂੰ ਇੱਕ ਤੱਕੜੀ ਚ ਤੋਲਦਾ, ਜਾਤਾਂ ਪਾਤਾਂ ਦਾ ਸਦਾ ਭੇਦ ਉਹ ਮਿਟਾਉਂਦਾ ਏ, ਇੱਕ ਓਂਕਾਰ ਉਹ ਤਾਂ ਸਭ ਨੂੰ ਸਿਖਾਉਂਦਾ ਏ। ਨਾਨਕ ਦਾ ਦੁਨੀਆਂ ਤੇ ਨੂਰ ਇਲਾਹੀ ਏ, ਅੱਲਾ ਦੇ ਘਰ ਦਿੰਦਾ ਸੱਚ ਦੀ ਗਵਾਹੀ ਏ। ਕਿਆ ਬਾਤ ਆ, ਉਹ ਤਾਂ ਰੂਪ ਰੱਬ ਦਾ ਮੈਂ ਤੈਨੂੰ ਸਮਝਾਉਂਦਾ ਏ, ਉਹਦੇ ਬਿਨਾਂ ਮੈਂ ਤਾਂ ਇੱਕ ਪਲ ਜੀ ਨਾ ਪਾਉਂਦਾ ਏ। ਵਾਹ ਵਾਹ ਕਿਆ ਬਾਤ ਆ। ਗੱਲ ਸੁਣ ਮਰਦਾਨੇ ਦੀ ਪਤਨੀ ਪੁਕਾਰਦੀ, ਕਰਾਂਗੀ ਪਰਖ ਮੈਂ ਤੇਰੇ ਨਾਲ ਉਹਦੇ ਪਿਆਰ ਦੀ, ਮੈਨੂੰ ਵੀ ਤੇਰੇ ਤੇ ਯਕੀਨ ਹੋ ਜਾਵੇਗਾ ਜੇਕਰ ਮੇਰੇ ਹੱਥੋਂ ਪੱਕੀ ਰੋਟੀ ਉਹ ਖਾਵੇਗਾ। ਵਾਹ ਬਹੁਤ ਅੱਛੀ ਗੱਲ। ਦੇਖਾਂਗੇ ਮੈਂ ਤੇਰੇ ਕਹੇ ਉਹ ਘਰ ਸਾਡੇ ਆਵੇਗਾ, ਸਾਡੇ ਵਿਚ ਬਹਿ ਕੇ ਇਕੱਠੇ ਰੋਟੀ ਉਹ ਖਾਵੇਗਾ। ਵਾਹ ਜੀ ਵਾਹ। ਪਤਨੀ ਦਾ ਅੜੀ ਕਰ ਇਹੋ ਬਸ ਕਹਿਣਾ ਏ, ਘਰ ਜਾਂ ਯਾਰੀ ਵਿਚੋਂ ਇੱਕ ਚੁਣਨਾ ਪੈਣਾ ਏ। ਵਾਹ 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 ਵਾਹ। ਘਰ ਵਿਸ਼ਵਾਸ ਮਰਦਾਨੇ ਯਾਰੀ ਦਾ ਤੇ ਲਾਈਏ, ਨਾਨਕ ਘਰ ਜਰੂਰ ਆਊ ਪਰੀ ਉਸ ਗਵਾਈਏ। ਬਾਬੇ ਨੂੰ ਲੈਣ ਲਈ ਮਰਦਾਨਿਆਂ ਤੁਰਿਆ ਜਾਂਦਾ ਏ, ਕਿਨਕਾ ਕੁ ਸ਼ੱਕ ਦਾ ਉਹਦੇ ਮਨ ਵਿਚ ਆਉਂਦਾ ਏ। ਮਨ ਵਿਚ ਸੋਚੀ ਜਾਂਦਾ ਜੇ ਨਾ ਨਾਨਕ ਘਰ ਆਊਗਾ ਮੈਂ ਤਾਂ ਉਹਦੇ ਬਿਨਾਂ ਇੱਕ ਪਲ ਜੀ ਨਾ ਪਾਉਂਗਾ। ਵਾਹ। ਤੁਰਿਆ ਜਾਂਦਾ ਮਨ ਨੂੰ ਦਿਲਾਸਾ ਦੇਈ ਜਾਂਦਾ ਏ, ਸਾਹਮਣੇ ਤੱਕਿਆ ਅੱਗੋ ਬਾਬਾ ਨਾਨਕ ਤੁਰਿਆ ਆਉਂਦਾ ਏ। ਕਰਕੇ ਦੀਦਾਰ ਮਰਦਾਨਾ ਹੱਥ ਜੋੜ ਬਹਿ ਗਿਆ, ਸ਼ੱਕ ਦਾ ਕਿਨਕਾ ਮਨੋਂ ਪਲਾਂ ਵਿਚ ਲੈ ਗਿਆ। ਵਾਹ। ਦੁਆ ਸਲਾਮ ਕਰ ਮਰਦਾਨੇ ਨੇ ਬਾਬੇ ਨੂੰ ਬੁਲਾਇਆ ਏ, ਅੱਜ ਦਾਦਾ ਜੀ ਤੁਸੀਂ ਕਿੱਧਰ ਫੇਰਾ ਪਾਇਆ ਏ। ਹੱਸ ਕੇ ਬਾਬੇ ਨੇ ਮਰਦਾਨੇ ਨੂੰ ਗਲ ਨਾਲ ਲਾਇਆ ਏ, ਭੁੱਲ ਗਿਆ ਮਰਦਾਨਿਆ ਅੱਜ ਸਾਨੂੰ ਤੂੰ ਬੁਲਾਇਆ ਏ। ਵਾਹ ਜੀ ਵਾਹ। ਅੱਜ ਕੁਝ ਸਮਾਂ ਤੇਰੇ ਨਾਲ ਬਹਿ ਕੇ ਬਤਾਵਾਂਗਾ, ਭੁੱਖ ਬੜੀ ਲੱਗੀ ਤੇਰੇ ਘਰੋਂ ਰੋਟੀ ਖਾਵਾਂਗਾ। ਸਵਾਮੀ ਸਾਹਿਬ ਵਿਹੜੇ ਵਿਚ ਮਰਦਾਨੇ ਨੇ ਫਿਰ ਚਟਾਈ ਵਿਛਾਈ ਏ, ਮਰਦਾਨੇ ਦੀ ਘਰ ਵਾਲੀ ਰੋਟੀ ਪਿਆਰ ਨਾਲ ਲਿਆਈ ਏ। ਸ਼ਿਵ ਪੱਕੀ ਯਾਰੀ ਦੇਖੋ ਬਾਬੇ ਨਾਨਕ ਨੇ ਨਿਭਾਈ ਏ, ਅੱਜ ਫਿਰ ਕ੍ਰਿਸ਼ਨ ਸਧਾਮੇ ਦੀ ਯਾਰੀ ਯਾਦ ਆਈ ਏ। ਵਾਹ ਵਾਹ ਧੰਨਵਾਦ। ਵਾਹ 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 ਕਿਆ ਤਸਵੀਰ ਖਿੱਚੀ ਆ, ਬਹੁਤ ਕੀਮਤੀ ਰਚਨਾ, ਕਿਆ ਬਾਤ ਆ। ਬਹੁਤ ਸ਼ਿਵ ਗੋਸਵਾਮੀ ਜੀ ਨੇ ਐਸੀ ਤਸਵੀਰ ਦੇ ਨਾਲ ਕਿ ਨਾਲ ਨਾਲ ਇੱਦਾਂ ਲੱਗਦਾ ਸੀ ਕਿ ਜਿਵੇਂ ਉਹ ਅੱਖਾਂ ਦੇ ਸਾਹਮਣੇ ਉਹ ਹੋ ਰਿਹਾ ਸਾਰਾ ਕੁਝ। ਸੈਣੀ ਸਾਹਿਬ ਕਮਾਲ ਕਰਤੀ ਜੀ, ਕਮਾਲ ਕਰਤੀ ਸ਼ਿਵ ਜੀ ਨੇ। ਜੀ ਜੀ ਬਿਲਕੁਲ, ਗੋਸਵਾਮੀ ਜੀ ਦੀਆਂ ਪਹਿਲੀਆਂ ਲਿਖਤਾਂ ਦੀ ਤਰ੍ਹਾਂ ਹੀ ਇਹ ਇੱਕ ਰਚਨਾ ਵੀ ਇੰਨੀ ਕੀਮਤੀ ਹੋ ਨਿਬੜੀ ਆ। ਇਹਨਾਂ ਨੇ ਇੱਕ ਰੂਹਾਨੀ ਰਿਸ਼ਤਿਆਂ ਦੀ ਸਾਂਝ ਦੀ ਗੱਲ ਕੀਤੀ ਆ, ਬੜੀ ਕਾਮਯਾਬੀ ਨਾਲ ਇਹਨਾਂ ਨੇ ਇਸ ਰਚਨਾ ਨੂੰ ਪੇਸ਼ ਕੀਤਾ। ਇਹਨਾਂ ਦੀ ਕਲਮ ਦੇ ਵਿੱਚ ਬੜੀ ਜਾਨ ਹੈ ਜੀ, ਬੜੀ ਜਾਨ, ਬਹੁਤ ਗਹਿਰਾਈ ਦੀਆਂ